ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ ਸਿਹਤ ਅਤੇ ਸਿੱਖਿਆ ਨੂੰ ਵਧੀਆ ਅਤੇ ਮੁਫ਼ਤ ਮੁਹੱਈਆ ਕਰਾਉਣ ਵਾਲੇ ਆਪਣੇ ਇਰਾਦੇ ਤੇ ਦ੍ਰਿੜ ਹੈ। ਲੇਕਿਨ ਪੰਜਾਬ ਦੇ ਵਿੱਚ ਕੀ ਹਿੰਦੁਸਤਾਨ ਦੇ ਵਿੱਚ ਇੱਕ ਐਸੀ ਹਵਾ ਚੱਲੀ ਹੋਈ ਹੈ ਕਿ ਅਸੀਂ ਅੰਗਰੇਜ਼ੀ ਦੇ ਮਗਰ ਪਏ ਹੋਏ, ਮਹਿੰਗੇ ਸਕੂਲਾਂ 'ਚ ਬੱਚਿਆਂ ਨੂੰ ਪੜ੍ਹਾਉਣੇ, ਕਰਜ਼ਾ ਲੈ ਕੇ ਪੜ੍ਹਾਉਣੇ ਆ, ਅਤੇ ਉੱਥੇ ਜੇ ਕੋਈ ਬੱਚਾ ਪੰਜਾਬੀ ਬੋਲਦਾ, ਹਿੰਦੀ ਬੋਲਦਾ, ਉਹਨੂੰ ਫਾਈਨ ਕੀਤਾ ਜਾਂਦਾ। ਕਿਹਾ ਕਿ ਜਿਹੜਾ ਹਰਾ ਪੈਨ ਮੈਨੂੰ ਹਲਕੇ ਦੇ ਵਸਨੀਕਾਂ ਨੇ ਬਖਸ਼ਿਆ ਉਹਦੀ ਵਰਤੋਂ ਚੰਗੇ ਕੰਮਾਂ ਲਈ ਹੋਵੇਗੀ। ਉਹ ਕਹਿੰਦਾ ਸਿਰਫ ਤੇ ਸਿਰਫ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਯਤਨਸ਼ੀਲ ਨੇ ਜੋ ਸੰਸਥਾਵਾਂ ਅਤੇ ਜਥੇਬੰਦੀਆਂ ਉਹਨਾਂ ਦੇ ਨੁਮਾਇੰਦਿਆਂ ਨੂੰ ਉਹ ਰਕਮ ਦਿੱਤੀ ਜਾ ਰਹੀ ਹੈ ਜਿਹੜੀ ਉਹਨੂੰ ਲੋੜ ਹੈ। ਗਾਂਧੀ ਮਾਡਲ ਸਕੂਲ ਕੋਟਪੁਰਾ ਵਿਖੇ ਸਪੀਕਰ ਕਰਤਾਰ ਸਿੰਘ ਸੰਧਵਾਂ ਨੇ 10 ਲੱਖ ਰੁਪਏ ਦਾ ਚੈੱਕ ਦਿੰਦਿਆਂ ਆਖਿਆ ਕਿ ਜੇਕਰ ਇਸ ਤੋਂ ਜ਼ਿਆਦਾ ਮੇਰੇ ਕੋਲ ਅਧਿਕਾਰ ਹੁੰਦਾ ਤਾਂ ਮੈਂ ਹੋਰ ਵੀ ਦੇ ਦੇਣੇ ਸੀ। ਕਿਉਂ? ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ ਸਿਹਤ ਅਤੇ ਸਿੱਖਿਆ ਨੂੰ ਵਧੀਆ ਅਤੇ ਮੁਫ਼ਤ ਮੁਹੱਈਆ ਕਰਾਉਣ ਵਾਲੇ ਆਪਣੇ ਇਰਾਦੇ ਤੇ ਦ੍ਰਿੜ ਹੈ। ਉਹਨਾਂ ਨੇ ਦੱਸਿਆ ਕਿ ਜਿਹੜਾ ਪੰਜਾਬੀ ਤੇ ਹਿੰਦੀ ਇਹਨਾਂ ਦੋ ਭਾਸ਼ਾਵਾਂ ਨੂੰ ਖਤਰਾ ਪੈਦਾ ਕੀਤਾ ਜਾ ਰਿਹਾ ਹੈ, ਪੰਜਾਬ ਜਾਂ ਪੰਜਾਬ ਤੋਂ ਬਾਹਰਲੇ ਸੂਬਿਆਂ ਦੇਸ਼ ਭਰ ਦੇ ਵਿੱਚ ਇੰਗਲਿਸ਼ ਨੂੰ ਅੰਗਰੇਜ਼ੀ ਨੂੰ ਜ਼ਿਆਦਾ ਮਹੱਤਤਾ ਦਿੱਤੀ ਜਾ ਰਹੀ ਹੈ। ਕੋਈ ਵੀ ਭਾਸ਼ਾ ਮਾੜੀ ਨਹੀਂ ਹੁੰਦੀ, ਬੇਸ਼ੱਕ ਇੰਗਲਿਸ਼ ਵੀ ਸਿੱਖਣੀ ਚਾਹੀਦੀ ਹੈ, ਪਰ ਆਪਣੀ ਮਾਂ ਬੋਲੀ ਨੂੰ ਕਦੇ ਨਹੀਂ ਭੁਲਾਉਣਾ ਚਾਹੀਦਾ। ਕਰਤਾਰ ਸਿੰਘ ਸੰਧਵਾਂ ਨੇ ਕਿਹਾ, ਉਹ ਕਹਿੰਦੇ ਸਿੱਖਿਆ ਵਧੀਆ ਅਤੇ ਮੁਫ਼ਤ, ਸਿਹਤ ਸੇਵਾਵਾਂ ਵਧੀਆ ਅਤੇ ਮੁਫ਼ਤ ਸਾਡੇ ਮੁੱਖ ਏਜੰਡੇ 'ਤੇ ਹੈ। ਕੋਟਪੁਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮੀਤਾ ਦੇ ਨਾਲ ਗੁਰਿੰਦਰ ਸਿੰਘ। ਦੇਖੋ ਜੀ, ਸਾਡੀਆਂ ਜਿਹੜੀਆਂ ਸੰਸਥਾਵਾਂ ਉਹ ਸਾਡੇ ਸਮਾਜ ਦਾ ਸ਼ੀਸ਼ਾ, ਸਾਡੇ ਪੰਜਾਬ ਦਾ ਸ਼ੀਸ਼ਾ। ਸਾਡੇ ਹਸਪਤਾਲ ਜੇ ਠੀਕ ਨੇ ਤਾਂ ਇਹਦਾ ਮਤਲਬ ਸਾਡਾ ਸਮਾਜ ਤੰਦਰੁਸਤ ਹੈ। ਜੇ ਸਾਡੇ ਸਕੂਲ ਵਧੀਆ ਨੇ ਤਾਂ ਇਹਦਾ ਮਤਲਬ ਸਾਡਾ ਸਮਾਜ ਤਰੱਕੀ ਕਰ ਰਿਹਾ। ਔਰ ਇਹ ਇੰਸਟੀਟਿਊਸ਼ਨ ਦੇ ਵਿੱਚੋਂ ਗਾਂਧੀ ਮੈਮੋਰੀਅਲ ਸਕੂਲ ਹੈ ਜਿਹੜਾ, ਇਹ ਬੜਾ ਪੁਰਾਣਾ, ਬੜਾ ਨਾਮੀ, ਇੱਥੋਂ ਬੜੀਆਂ ਵੱਡੀਆਂ ਵੱਡੀਆਂ ਸ਼ਖਸੀਅਤ ਇੱਥੇ ਪੜ੍ਹ ਕੇ ਗਈਆਂ। ਇਹ ਸਕੂਲ ਦੇ ਵਿੱਚ ਕੁਛ ਫੰਡਾਂ ਦੀ ਜ਼ਰੂਰਤ ਸੀ, ਸੋ ਮੈਂ ਆਪਣੀ ਕਲਮ ਨਾਲ ਜਿੰਨੇ ਵੱਧ ਤੋਂ ਵੱਧ ਦੇ ਸਕਦਾ ਸੀ ਉਹ 10 ਲੱਖ ਰੁਪਈਆ ਜਿਹੜਾ ਮੈਂ ਸੀਧਾ ਤੁਹਾਡਾ ਦਿੱਤਾ ਹੋਇਆ, ਲੋਕਾਂ ਦਾ ਦਿੱਤਾ ਹੋਇਆ, ਸੋ ਮੈਂ ਆਪਣਾ ਵਿਵੇਕ ਵਰਤਿਆ ਹੋਇਆ। ਫਿਰ ਜਿੰਨੇ ਵਾਰੀ ਮਰਜ਼ੀ ਲਓ, ਜਿੰਨੇ ਵਾਰੀ ਮਰਜ਼ੀ ਲਓ, ਸੋ 10 ਲੱਖ ਰੁਪਇਆ ਦੇ ਕੇ ਚੱਲਿਆ। ਅਤੇ ਔਰ ਬਾਊ ਪ੍ਰਕਾਸ਼ ਜੀ ਨੇ, ਮੇਰੇ ਬਜ਼ੁਰਗ ਨੇ, ਸਤਿਕਾਰਤ ਨੇ, ਇਹਨਾਂ ਨੇ ਹੁਕਮ ਕੀਤਾ ਇੱਕ ਵਾਰ ਫੇਰ ਲੈਣਾ, ਮੈਂ ਇਹਨਾਂ 2 ਵਾਰ ਲੈ ਲਓ। ਸਰ, ਜਿਵੇਂ ਸਕੂਲਾਂ ਦੇ ਵਿੱਚ ਪੰਜਾਬੀ ਔਰ ਹਿੰਦੀ ਪੜ੍ਹਾਈ ਨਹੀਂ ਜਾ ਰਹੀ, ਉਹਨਾਂ ਬਾਰੇ ਤੁਸੀਂ ਇੱਕ ਗੱਲ ਕੀ ਸੀ, ਕੀ ਕਹਿਣਾ ਉਹਦੇ ਬਾਰੇ? ਦੱਸ ਲਈ ਜੀ, ਹਿੰਦੀ ਔਰ ਪੰਜਾਬੀ ਕਈ ਸਕੂਲਾਂ 'ਚ ਵੀ ਨਹੀਂ ਪੜ੍ਹਾਈ ਜਾਂਦੀ, ਔਰ ਪੰਜਾਬੀ ਜਿਵੇਂ ਹਿੰਦੀ ਸਕੂਲ ਰਹਿ ਗਏ। ਦੇਖੋ, ਮੈਂ ਇਹਨਾਂ ਨੇ ਬੇਨਤੀ ਕੀਤੀ ਵੀ ਸਾਡੇ ਸਕੂਲ 'ਚ ਹਿੰਦੀ ਪੰਜਾਬੀ ਦਾ, ਸਾਡੀਆਂ ਮਾਂ ਜਿਹੜੀ ਪੰਜਾਬੀ ਸਾਡੀ ਮਾਂ ਭਾਸ਼ਾ ਹੈ, ਉਹ ਪੜ੍ਹਾਉਣਾ ਚਾਹੀਦਾ, ਬਿਲਕੁਲ ਪੜ੍ਹਾਉਣਾ ਚਾਹੀਦਾ। ਲੇਕਿਨ ਪੰਜਾਬ ਦੇ ਵਿੱਚ ਕੀ ਹਿੰਦੁਸਤਾਨ ਦੇ ਵਿੱਚ ਇੱਕ ਐਸੀ ਹਵਾ ਚੱਲੀ ਹੋਈ ਹੈ ਵੀ ਅਸੀਂ ਅੰਗਰੇਜ਼ੀ ਦੇ ਮਗਰ ਪਏ ਹੋਏ, ਮਹਿੰਗੇ ਸਕੂਲਾਂ 'ਚ ਬੱਚਿਆਂ ਨੂੰ ਪੜ੍ਹਾਉਣੇ, ਕਰਜ਼ਾ ਲੈ ਕੇ ਪੜ੍ਹਾਉਣੇ ਆ, ਅਤੇ ਉੱਥੇ ਜੇ ਕੋਈ ਬੱਚਾ ਪੰਜਾਬੀ ਬੋਲਦਾ, ਹਿੰਦੀ ਬੋਲਦਾ, ਤਾਂ ਉਹਨੂੰ ਫਾਈਨ ਕੀਤਾ ਜਾਂਦਾ। ਇਹ ਸਾਡੇ ਖਿਲਾਫ਼ ਕਿਤੇ ਨਾ ਕਿਤੇ ਸਾਡੇ ਦਿਮਾਗ ਦੇ ਵਿੱਚ ਕੋਈ ਮਾਲ ਫੰਕਸ਼ਨਿੰਗ ਕੋਈ ਸਾਜਿਸ਼ ਕੀਤੀ ਹੋਈ ਹੈ, ਤਾਂ ਸਾਡੀ ਮਾਲ ਫੰਕਸ਼ਨਿੰਗ ਹੋਈ ਹੈ, ਇਹ ਨਹੀਂ ਚਾਹੀਦਾ। ਔਰ ਜੇ ਆਪਾਂ ਇਹ ਦੇਖਣਾ ਵੀ ਸਾਡੀ ਸੰਸਕ੍ਰਿਤੀ ਕਿੰਨੀ ਮਹਾਨ ਸੀ, ਆਪਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੰਸਕ੍ਰਿਤੀ ਨਾਲ ਜੋੜਨਾ, ਤਾਂ ਉਹਦੇ ਵਾਸਤੇ ਸੰਸਕ੍ਰਿਤ ਦੀ ਐਜੂਕੇਸ਼ਨ
ਉਹ ਵੀ ਆਪਾਂ ਨੂੰ ਦਿਵਾਉਣੀ ਚਾਹੀਦੀ ਹੈ, ਪਤਾ ਲੱਗੇ ਕਿੰਨੇ ਮਹਾਨ ਜੀ। ਬਹੁਤ ਜਿੰਨੀ ਮੇਰੀ ਸਮਝ ਜਿਹੜੇ ਦਸ ਲੱਖ ਰੁਪਏ ਦੇ ਰਿਹਾ ਨਾ ਮੈਂ, ਇਹ ਮੇਰਾ ਵੀ ਇਹ ਬੜਾ ਤੁਹਾਡਾ ਰੱਖਿਆ ਹੋਏ ਤੁਸੀਂ ਤਾਂ ਮੈਨੂੰ ਇੱਕ ਕਸਟੋਡੀਅਨ ਬਣਾਇਆ, ਤੁਹਾਡੀ ਕਿਰਪਾ ਹੀ ਤੁਹਾਡੇ ਕਰਕੇ ਤੁਹਾਡੀ ਕਿਰਪਾ ਹੀ ਹੈ। ਔਰ ਮੈਂ ਇਹ ਸਮਝਦਾ ਹਸਪਤਾਲ ਔਰ ਸਾਡੇ ਸਕੂਲ ਇਹ ਸਾਡੇ ਸਮਾਜ ਦੀ ਸਿਹਤ ਦਾ ਸ਼ੀਸ਼ਾ ਹੈ। ਜੇ ਸਾਡੇ ਸਕੂਲ ਅੱਛੇ ਹੈ ਤਾਂ ਸਾਡਾ ਸਮਾਜ, ਜੇ ਸਾਡੇ ਹਸਪਤਾਲ ਅੱਛੇ ਹੈ ਤਾਂ ਸਾਡਾ ਸਮਾਜ ਤੰਦਰੁਸਤ। ਸੋ ਮੈਂ ਨਾ ਮੇਰਾ ਦਿਲ ਤਾਂ ਹੋਰ ਵੱਧ ਦੇਣ ਕਰਦਾ, ਲੇਕਿਨ ਮੈਂ ਇੱਕ ਸੰਸਥਾ ਨੂੰ 10 ਲੱਖ ਤੋਂ ਵੱਧ ਦੇ ਨਹੀਂ ਸਕਦਾ। ਹਥਿਆਰ ਸੀ ਮੈਂ ਮੈਕਸੀਮਮ ਕਰ ਆਪਣੀ ਸੰਸਕ੍ਰਿਤੀ ਆਪਣਾ ਇਤਿਹਾਸ ਬੜਾ ਵੱਡਾ ਬਹੁਤ ਵੱਡਾ। ਔਰ ਮੈਨੂੰ ਬੜੀ ਖੁਸ਼ੀ ਹੋਈ ਕਿ ਇਹ ਸਕੂਲ ਹਿੰਦੀ ਮੀਡੀਅਮ ਕਿੰਨੇ ਕੁ ਰਹਿ ਗਏ ਹੁਣ ਤਾਂ ਹਿੰਦੀ ਪੰਜਾਬੀ ਨੂੰ ਤਾਂ ਆਪਾਂ ਪੈਸੇ ਦੇ ਕੇ ਸਕੂਲਾਂ ਚ ਕਹਿੰਦੇ ਵੀ ਨਾ ਨਾ ਇਹ ਰੱਖਾ ਹੈ। ਜੇ ਕੋਈ ਹਿੰਦੀ ਬੋਲਦਾ ਪੰਜਾਬੀ ਬੋਲਦਾ ਉਹਨੂੰ ਫਾਈਨ ਕੀਤਾ ਜਾਂਦਾ। ਮਤਲਬ ਇਹ ਆਪਣਾ ਪਤਾ ਨੀ ਆਪਣੇ ਖਿਲਾਫ਼ ਕੋਈ ਸਾਜਿਸ਼ ਹੋਈ ਹੈ। ਕਿਹੜੀ ਕੌਮ ਹੈ ਜਿਹਨੇ ਆਪਦੀ ਮਾਂ ਬੋਲੀ ਭੁੱਲ ਕੇ ਤਰੱਕੀ ਕੀਤੀ ਹੋਊਗੀ? ਹੋ ਹੀ ਨਹੀਂ ਸਕਦਾ, ਇਹ ਨਹੀਂ ਹੋ ਸਕਦਾ। ਔਰ ਮੈਂ ਤਾਂ ਪ੍ਰਧਾਨ ਜੀ ਬੇਨਤੀ ਕਰਾਂ ਜੇ ਕਿਤੇ ਤੁਸੀਂ ਇੱਥੇ ਸੰਸਕ੍ਰਿਤ ਦੀ ਕਲਾਸ ਵੀ ਸ਼ੁਰੂ ਕਰ ਦਿੱਤਾ ਤੇ ਮੇਰੇ ਨਾਲ ਸੁਪਨਾ ਹੋਊਗਾ। ਉਹ ਸਿਆਣਪ ਦਾ ਖਜ਼ਾਨਾ ਹੈ, ਤੁਸੀਂ ਸੰਸਕ੍ਰਿਤ ਨਾਲ ਆਪਣੇ ਜਿਹੜਾ ਪਿਛਲਾ ਇਤਿਹਾਸ ਆ ਉਹਦੇ ਲਈ ਤੁਸੀਂ ਦਰਵਾਜ਼ੇ ਖੋਲਦੇ ਹੋ। ਆਪਾਂ ਹਾਂ ਇਹ ਬਹੁਤ ਮਤਲਬ ਬੜੀ ਵੱਡੀ ਸੇਵਾ। ਬਾਕੀ ਗੱਲ ਇਹ ਵੀ ਮੈਂ ਤਾਂ ਸ਼ੁਰੂ ਵਧਾਈ ਵੀ ਦੇਣੀ ਜਿਹੜਾ ਭਗਵਾਨ ਭਗਵਾਨ ਹੀ ਕਿਰਪਾ ਕਰਦਾ ਹੈ ਜਿਹੜੀ ਰਾਮ ਮੰਦਰ ਵਾਲੀ ਕਿਰਪਾ ਹੋਈ ਆਪਣੇ ਤੇ ਭਗਵਾਨ ਦੀ ਕਿਰਪਾ ਉਹਦੀ ਬਹੁਤ ਬਹੁਤ ਵਧਾਈ। ਮੈਂ ਤਾਂ ਰਾਮ ਨਾਮ ਦਾ ਰਸੀਆ ਰਾਮ ਰਸੀਆ ਰਾਮ ਰਸੀਆ ਜੈ ਰਸ ਵਿਸਰ ਗਏ ਰਸ ਆਓ। ਸੋ ਪਰ ਇੱਕ ਗੱਲ ਦਾ ਧਿਆਨ ਰੱਖਿਓ ਆਪਣੇ ਜਿਹੜੇ ਬਹੁਤੇ ਪੋਲੀਟੀਸ਼ੀਅਨ ਨਾ ਉਹਨਾਂ ਕਿਰਲੀਆਂ ਅੱਗੇ ਹੈ ਜਿਹੜੇ ਰਾਤ ਨੂੰ ਹਨੇਰੇ 'ਚ ਜਦੋਂ ਕੋਈ ਨੀ ਦੇਖਦਾ ਸਾਰੇ ਮਾਫ਼ ਕਰਦੇ ਸਾਰੇ ਮਾਫ਼ ਕਰਦੇ ਹਰ ਤਰ੍ਹਾਂ ਦੇ ਮਾਫ਼ ਕਰਦੇ। ਜਦੋਂ ਕੋਈ ਲੈ ਜਾਂਦੇ ਨੀ ਫਿਰ ਬਾਬੇ ਨਾਨਕ ਜੀ ਭਗਵਾਨ ਰਾਮ ਜੀ ਦੀ ਫੋਟੋ ਲਾਈ ਕੋਈ ਸਮਾਂ ਜਾ ਰਿਹਾ ਇਹਦਾ ਤੁਸੀਂ ਧਿਆਨ ਰੱਖੋ। ਰਾਮ ਭਗਤ ਰਾਮ ਉਹ ਭਗਵਾਨ ਨੇ ਭਗਵਾਨ ਰਾਮ ਮਰਿਆਦਾ ਪੁਰਸ਼ੋਤਮ ਨੇ ਕਿ ਜਿਹੜੇ ਬੰਦੇ ਬਲਾਤਕਾਰੀਆਂ ਦੇ ਗੱਲ ਤੇ ਹਾਰ ਪਾਉਂਦੇ ਹੁਣ ਉਹ ਰਾਮ ਭਗਤ ਹੋ ਸਕਦੇ ਆ? ਦੱਸਿਓ ਜੀ ਜਰਾ ਹੋ ਸਕਦੇ ਜਿਹੜੇ ਬੰਦੇ ਔਰਤਾਂ ਨੂੰ ਨਗਨ ਕਰਕੇ ਪ੍ਰੇਮ ਕਰਾਉਣ
ਔਰ ਮੈਂ ਦੇਖਦਾ, ਮੈਂ ਸੋਚਦਾ ਜਿੱਥੇ ਨਿਆਂ ਹੈ ਨਾ ਉੱਥੇ ਰਾਮ ਹੈ, ਜਿੱਥੇ ਅਨਿਆਂ ਹੈ ਉੱਥੇ ਸ਼ੈਤਾਨ ਹੈ। ਸੋ ਆਪਾਂ ਨਿਆਂ ਦਾ ਜਿਹੜਾ ਰਾਜ ਇੱਥੇ ਕੰਮ ਕਾਇਮ ਕਰਨਾ, ਉਹ ਤੁਸੀਂ ਦੇਖੋ ਈਡੀ ਜਾਂਦੀ ਹੈ ਇੱਕ ਬਿਜ਼ਨਸ ਹਾਊਸ ਤੇ, ਉੱਥੇ ਰੇਟ ਮਾਰ ਜਾਂਦੀ ਹੈ, ਉਦੋਂ ਅਗਲੇ ਦਿਨ ਉਹ ਇਲੈਕਟ੍ਰੋਨਿਕ ਬੌਂਡ ਫੀਸ ਲੈਂਦਾ ਪਰ ਕੀ ਨਹੀਂ ਕਰਦੀ। ਆਪਾਂ ਕੀ ਕਰੋ, ਆਪਾਂ ਸਮਾਜ ਨੇ ਦੇਖਣਾ। ਦੇਖੋ ਪੰਜਾਬ ਹੀ ਬਚਾਉਂਦਾ ਆਇਆ, ਜੇ ਦੇਸ਼ ਨੂੰ ਆਜ਼ਾਦ ਕਰਾਇਆ ਤਾਂ ਆਪਣੇ ਪੁਰਖਿਆਂ ਨੇ ਕਰਾਇਆ, ਜਿਹਨਾਂ ਮੰਡੀ ਵਾਲਿਆਂ ਨੇ ਆਪਾਂ ਹੀ ਪੰਜਾਬ ਵਾਲਿਆਂ ਨੇ ਕੱਟੀਆਂ। ਉਹ ਜਿਹੜੇ ਹੁਣ ਕਹਿੰਦੇ ਆ ਦੇਸ਼ ਦੇ ਠੇਕੇਦਾਰ ਬਣੇ ਬੈਠੇ, ਉਹਨਾਂ ਨੇ ਸੌਦੇਬਾਜ਼ੀਆਂ ਕੀਤੀਆਂ, ਹੁਣ ਸਭ ਤੋਂ ਵੱਡੇ ਦੇਸ਼ ਭਗਤ ਬਣੇ ਬੈਠੇ, ਫਾਂਸੀ ਤੇ ਚੜੇ ਆਪਣੇ ਲੋਕ, ਕੁਰਬਾਨੀਆਂ ਕੀਤੀਆਂ ਆਪਾਂ। ਤੇ ਹੁਣ ਕਹਿੰਦੇ ਅਸੀਂ ਕਾਨੂੰਨ ਇਹ ਲੈ ਕੇ ਆਉਣਾ ਵੀ ਦੇਸ਼ ਦਾ ਮਾਲਕ ਇਕੱਲਾ ਅੰਬਾਨੀ ਤੇ ਅਡਾਨੀ ਹੋਊਗਾ, ਆਪ ਮਾਰਕੀਟ ਕਮੇਟੀ ਕੋਟਪੁਰਾ ਵਿਖੇ ਦਫ਼ਤਰ ਚ ਜਿਹੜਾ ਸਮਾਗਮ ਰੱਖਿਆ ਸੀ, ਵੱਖ ਵੱਖ ਸੰਸਥਾਵਾਂ ਜਥੇਬੰਦੀਆਂ ਸੁਸਾਇਟੀਆਂ ਤੇ ਕਲੱਬਾਂ ਉਹਨਾਂ ਨੂੰ 50 ਲੱਖ ਰੁਪਏ ਦੇ ਚੈੱਕ ਤਕਸੀਮ ਕੀਤੇ। ਉਹਨਾਂ ਨੇ ਕਿਹਾ ਕਿ ਜਿਹੜਾ ਹਰਾ ਪਿੰਡ ਮੈਨੂੰ ਹਲਕੇ ਦੇ ਵਸਨੀਕਾਂ ਨੇ ਬਖਸ਼ਿਆ ਉਹਦੀ ਵਰਤੋਂ ਚੰਗੇ ਕੰਮਾਂ ਲਈ ਹੋਵੇਗੀ। ਉਹ ਕਹਿੰਦਾ ਸਿਰਫ ਤੇ ਸਿਰਫ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਯਤਨਸ਼ੀਲ ਨੇ ਜੋ ਸੰਸਥਾਵਾਂ ਤੇ ਜਥੇਬੰਦੀਆਂ, ਉਹਨਾਂ ਦੇ ਨੁਮਾਇੰਦਿਆਂ ਨੂੰ ਉਹ ਰਕਮ ਦਿੱਤੀ ਜਾ ਰਹੀ ਹੈ ਜਿਹੜੀ ਉਹਨੂੰ ਲੋੜ ਹੈ। ਇੱਕ ਗੱਲ ਨਵੀਂ ਜਿਹੜੀ ਸਪੀਕਰ ਸੰਧਵਾ ਨੇ ਕਿਹਾ, ਉਹ ਕਹਿੰਦੇ ਇੱਕੋ ਇੱਕ ਤੁਹਾਡਾ ਉਹ ਨੁਮਾਇੰਦਾ ਜੀ ਨੇ ਜਿੰਨਾ ਅਖਤਿਆਰੀ ਕੋਟਾ ਸੀਗਾ ਸਾਰੇ ਦਾ ਸਾਰਾ ਹੀ ਵਰਤਤਾ, ਇੱਕ ਪੈਸਾ ਵੀ ਨਹੀਂ ਰੱਖਿਆ ਸਿਰਫ ਤੇ ਸਿਰਫ ਲੋਕਾਂ ਲਈ। ਪਰਮਾਤਮਾ ਚਾਹੇ ਹੋਰ ਦੇਵੇ ਆਪਾਂ ਹੋਰ ਦੇਵਾਂਗੇ। ਕੋਟਪੁਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮੀਤਾ ਦੇ ਨਾਲ ਗੁਰਿੰਦਰ ਸਿੰਘ। ਕੁਲਤਾਰ ਸਿੰਘ ਸੰਧਵਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਮਾਰਕੀਟ ਕਮੇਟੀ ਕੋਟਪੁਰਾ ਵਿਖੇ ਦਫ਼ਤਰ 'ਚ ਜਿਹੜਾ ਸਮਾਗਮ ਰੱਖਿਆ ਸੀ, ਵੱਖ ਵੱਖ ਸੰਸਥਾਵਾਂ ਜਥੇਬੰਦੀਆਂ ਸੁਸਾਇਟੀਆਂ ਤੇ ਕਲੱਬਾਂ ਉਹਨਾਂ ਨੂੰ 50 ਲੱਖ ਰੁਪਏ ਦੇ ਚੈੱਕ ਤਕਸੀਮ ਕੀਤੇ। ਉਹਨਾਂ ਨੇ ਕਿਹਾ ਕਿ ਜਿਹੜਾ ਹਰਾ ਪਿੰਡ ਮੈਨੂੰ ਹਲਕੇ ਦੇ ਵਸਨੀਕਾਂ ਨੇ ਬਖਸ਼ਿਆ ਉਹਦੀ ਵਰਤੋਂ ਚੰਗੇ ਕੰਮਾਂ ਲਈ ਹੋਵੇਗੀ। ਉਹ ਕਹਿੰਦਾ ਸਿਰਫ ਤੇ ਸਿਰਫ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਯਤਨਸ਼ੀਲ ਨੇ ਜੋ ਸੰਸਥਾਵਾਂ ਤੇ ਜਥੇਬੰਦੀਆਂ, ਉਹਨਾਂ ਦੇ ਨੁਮਾਇੰਦਿਆਂ ਨੂੰ ਉਹ ਰਕਮ ਦਿੱਤੀ ਜਾ ਰਹੀ ਹੈ ਜਿਹੜੀ ਉਹਨੂੰ ਲੋੜ ਹੈ। ਇੱਕ ਗੱਲ ਨਵੀਂ ਜਿਹੜੀ ਸਪੀਕਰ ਸੰਧਵਾ ਨੇ ਕਿਹਾ, ਉਹ ਕਹਿੰਦੇ ਇੱਕੋ ਇੱਕ ਤੁਹਾਡਾ ਉਹ ਨੁਮਾਇੰਦਾ ਜੀ ਨੇ ਜਿੰਨਾ ਅਖਤਿਆਰੀ ਕੋਟਾ ਸੀਗਾ ਸਾਰੇ ਦਾ ਸਾਰਾ ਹੀ ਵਰਤਤਾ, ਇੱਕ ਪੈਸਾ ਵੀ ਨਹੀਂ ਰੱਖਿਆ ਸਿਰਫ ਤੇ ਸਿਰਫ ਲੋਕਾਂ ਲਈ। ਪਰਮਾਤਮਾ ਚਾਹੇ ਹੋਰ ਦੇਵੇ ਆਪਾਂ ਹੋਰ ਦੇਵਾਂਗੇ। ਕੋਟਪੁਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮੀਤਾ ਦੇ ਨਾਲ ਗੁਰਿੰਦਰ ਸਿੰਘ।